अबीरा इस वक्त मेरे साथ मौजूद हैं अबीरा को मैं जर्नलिज्म से भी जानता हूँ और अपने इस मीडिया इंडस्ट्री से भी जानता हूं एक प्रोग्राम भी होस्ट करती हैं अबीरा आई एम रियली ऑनर्ड फॉर टाइम आपकी से ठीक है, है अबीरा ये आपका तस्करा रेदा ने कर दिया कि आप भी एक मशहूर कॉमेडियन की बीवी है ਹਾਂ ਜੀ ਮੈਨੂੰ ਵੀ ਕਲਿੱਪ ਮਿਲੇ ਕਿਉਂਕਿ ਇਹ ਕਲਿੱਪ ਚਲਾਇਆ ਗਿਆ ਸੀ ਮੇਰੇ ਹੀ ਚੈਨਲ ਤੇ ਮੈਂ ਰਿਕਾਰਡਿੰਗਸ ਦੇ ਵਿੱਚ ਬਿਜ਼ੀ ਸੀ ਮੈਨੂੰ ਨਹੀਂ ਸੀ ਪਤਾ ਕਿ ਦੋ ਚੱਲੇ ਕਿ ਦੋ ਨਹੀਂ ਸੋ ਮੈਨੂੰ ਇੰਜ ਲੱਗਾ ਕਿ ਇੱਕ ਤੀਰ ਦਾ ਦੋ ਸ਼ਿਕਾਰ ਕੀਤੇ ਗਏ ਹਨਾ ਤੁਹਾਡੇ ਚੈਨਲ ਤੇ ਕਲਿੱਪ ਕਿਵੇਂ ਚੱਲ ਗਏ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਓਕੇ ਤੇ ਮੇਰਾ ਜ਼ਿਕਰ ਕੀਤਾ ਉਹਨਾਂ ਨੇ ਮੇਰੇ ਚੈਨਲ ਨੇ ਪੂਰੀ ਵੀਡੀਓ ਨਹੀਂ ਚਲਾਈ ਕੁਛ ਕੁਛ ਕਲਿੱਪ ਉਹਨਾਂ ਨੇ ਵਿੱਚੋਂ ਕੱਢ ਕੇ ਚਲਾ ਦਿੱਤੇ ਸੋ ਮੈਨੂੰ ਲੱਗਾ ਕਿ ਸ਼ਾਇਦ ਇੱਕ تیر ਨਾਲ ਦੋ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਇਹ ਗੱਲ ਸੱਚ ਆ ਇਹ ਮੈਂ ਆਪਣੀ ਇੱਕ ਵੀਡੀਓ 'ਚ ਵੀ ਦੱਸਿਆ ਸੀ ਕਿ ਮੋਨਾ ਦੀ ਵਾਈਫ ਸੀ ਤੇ ਉਹਨਾਂ ਦੀ ਇੱਕ ਹੋਰ ਵਾਈਫ ਸਾਹਮਣੇ ਆਈ ਜਿਨੇ ਵੀਡੀਓ ਬਣਾਈ ਸ਼ਾਇਦ ਉਹਨੂੰ ਲੱਗਦਾ ਕਿ ਹਾਲੇ ਅਸੀਂ ਰਾਬਤੇ 'ਚ ਹੋਣੇ ਆ ਜਾਂ ਸਾਡਾ ਤਾਲੁਕ ਹੋਣਾ ਕਾਇਮ ਸੋ ਮੈਂ ਪਹਿਲੇ ਵੀ ਕਿਹਾ ਸੀ ਕਿ ਨਹੀਂ ਖਤਮ ਹੋ ਗਿਆ ਸਾਰਾ ਕੁਝ

ਅ ਨਹੀਂ ਡਾਕੂਮੈਂਟਰੀ ਦੀ ਸੀ ਲੇਕਿਨ ਇੰਨਾ ਲੋਕਾਂ ਨੂੰ ਪਤਾ ਨਹੀਂ ਸੀ ਜਾਂ ਐਲਾਨ ਨਹੀਂ ਕੀਤਾ ਗਿਆ ਸੀ ਹਾਂਜੀ ਐਲਾਨ ਨਹੀਂ ਕੀਤਾ ਗਿਆ ਸੀ ਬਟ ਸਾਰੇ ਚੈਨਲਸ ਨੂੰ ਪਤਾ ਸੀ ਕਿ ਮੋਨਾ ਦੀ ਵਾਈਫ ਆ ਠੀਕ ਹੋ ਗਿਆ ਤੇ ਦੈਨ ਵਾਟ ਇਜ਼ ਦਾ ਪ੍ਰੋਬਲਮ ਮਸਲਾ ਕੀ ਹੈ ਫਿਰ ਜਦੋਂ ਸਭ ਨੂੰ ਪਤਾ ਹੈ ਕਿ ਤੁਸੀਂ ਉਹਨਾਂ ਦੀ ਮਿਸਸੇਜ਼ ਹੋ ਨਿਕਾਹ ਤੁਹਾਡਾ ਹੋਇਆ ਹੈ ਕੋਈ ਖੁਫੀਆ ਨਿਕਾਹ ਵੀ ਨਹੀਂ ਹੈਗਾ ਦਸਤਾਵੇਜ਼ਾਤ ਵੀ ਬਣੀਆਂ ਪ੍ਰੋਬਲਮ ਕੀ ਹੈ ਪ੍ਰੋਬਲਮ ਹੈ AIC ਕਿ ਅਸੀਂ ਕਿਉਂ ਅਲੈਦਾ ਹੋਏ ਕਿਉਂਕਿ ਦੇਖੋ ਮੈਂ ਮੰਨਦੀ ਆ ਇਸਲਾਮ ਵਿੱਚ ਚਾਰ ਸ਼ਾਦੀਆਂ ਜਾਇਜ਼ ਆ ਬਿਲਕੁਲ ਬਟ ਇਕੁਅਲ ਰਾਈਟਸ ਵੀ ਤੇ ਕਿਆ ਗਿਆ ਨਾ ਜਦੋਂ ਤੁਸੀਂ ਇਕੁਅਲ ਰਾਈਟਸ ਨਹੀਂ ਦੇਣੇ ਜਾਂ ਮੈਂ ਕਿਸੇ ਦੀ ਸਾਈਡ ਨਹੀਂ ਲੈ ਰਹੀ ਤੁਸੀਂ ਰਿਦਾ ਦੀ ਵੀਡੀਓ ਵੀ ਦੇਖੋ ਉਹ ਹੱਕ ਤੇ ਆ ਰਿਦਾ ਤਾਂ ਹਾਂ ਜੀ ਉਹ ਹੱਕ ਤੇ ਆ ਉਹਨੇ ਇੱਕ ਇੱਕ ਗੱਲ ਸੱਚ ਕਹੀ ਆ ਔਰ ਤੋਂ ਬਾਅਦ ਮੇਰਾ ਨਖਿਆਲ ਪੂਰੀ ਵੀਡੀਓ ਨਹੀਂ ਚਲਾਈ ਚੈਨਲ ਨੇ ਪਰ ਮੈਂ ਜ਼ਰੂਰ ਉਹ ਵੀਡੀਓ ਸਾਹਮਣੇ ਲੈ ਕੇ ਆਵਾਂਗੇ ਹਲੇ ਮੈਂ ਦੇਖੀ ਨਹੀਂ ਬਟ ਮੈਂ ਕੁਛ ਕੁਸ਼ ਹੋਰ ਹੀ ਚੀਜ਼ਾਂ ਦੇਖੀਆਂ ਕੰਪਲੀਟ ਇਲਜ਼ਾਮਾਤ ਨੇ ਮੇਜਰਲੀ ਜਿਹੜੇ ਸਜਾਦ ਤੇ ਲੱਗੇ ਨੇ ਮਤਲਬ ਕਿ ਇਹ ਗੱਲ ਵੀ ਹਕੀਕਤ ਆ ਮੈਂ ਕਦੀ ਹਾਲਾਂਕਿ ਮੈਂ ਇਸ ਫੀਲਡ ਚ ਪਤਾ ਮੇਰੇ ਕੋ ਕਿੰਨੇ ਪਲੈਟਫਾਰਮ ਇਹ ਗੱਲ ਮੈਂ ਕੱਢ ਸਕਦੀ ਸੀ ਖੋਲ ਸਕਦੀ ਸੀ ਬਟ ਮੈਂ ਕਿਹਾ ਚਲੋ ਠੀਕ ਹੈ ਮੈਂ ਰੱਬ ਤੇ ਛੱਡਤਾ ਕਿ ਰੱਬ ਦੇਖ ਲੇਗਾ ਇਨਸਾਫ ਕਰਨ ਵਾਲਾ ਬੇ ਜਿਆਦ ਮੈਂ ਕਦੀ ਤੁਹਾਨੂੰ ਮਾਰਿਆ ਜੀ ਮੈਨੂੰ ਨਹੀਂ ਮਾਰਿਆ ਮੈਂ ਵੀ ਕਹਾਂ ਬਟ ਮੈਂ ਸੁਣਿਆ ਹਾਂ ਕਿ ਮਤਲਬ ਉਹ ਇਹ ਜਿਹੇ ਹਰਕਤਾ ਕਰਦਾ ਬੁੱਢੀਆਂ ਹਾਲੀ ਤੱਕ ਕਿਸੇ ਨੇ ਇਹ ਮਾਰਨ ਦੀ ਕੋਈ ਗੱਲ ਨਹੀਂ ਕੀਤੀ ਹਾਂਜੀ ਇਹ ਰਦਾ ਨਵੀਂ ਨਹੀਂ ਕੀਤੀ ਮਾਰਨ ਟੁੱਟਣ ਦੀ ਮੈਂ ਤੁਹਾਨੂੰ ਕਿਹਾ ਮੈਂ ਪੂਰੀ ਵੀਡੀਓ ਨਹੀਂ ਦੇਖੀ ਠੀਕ ਹੋ ਗਿਆ ਅੱਛਾ ਗਾਲ ਮੰਦਾ ਕਦੀ ਕੀਤਾ ਇਹ ਉਹ ਤੇ ਬਹੁਤ ਜ਼ਿਆਦਾ ਕਿਉਂ ਉਹਨੂੰ ਲੱਗਦਾ ਸ਼ਾਇਦ ਇੱਕ ਔਰਤ ਪੈਰ ਦੀ ਜੁੱਤੀ ਆ ਗਾਲਾਂ ਤੇ ਬਹੁਤ ਗੰਦੀਆਂ ਕਿ ਮੈਂ ਦੱਸ ਨਹੀਂ ਸਕਦੀ ਨਹੀਂ ਗਾਲ ਮੰਦੇ ਦੀ ਵਜ੍ਹਾ ਕੀ ਸੀ ਕੋਈ ਇਖਤਲਾਫ ਵਜ੍ਹਾ ਹੁੰਦੀ ਏ ਔਰ ਹੀ ਇਜ਼ ਹੈਬਿਚੁਅਲ आ, की है की और नाज़रीन मेरी रिक्वेस्ट होगी कि अगर सजाद जानी बजाते अपना मौकफ़ देना तो माई प्लेटफॉर्म इज बिल्कुल आजादी के साथ उसका मौकफ़ भी चलाने के लिए तैयार हूँ लेकिन कॉज भी बता देता हूँ इसमें कॉज बहुत वाज़े है कि भाई जब अल्लाह तमें फेम देता है अल्लाह तमें लोगों में पजीराई देता है तो हमें बहुत सारी चीज़ों का इदराक और ख्याल होना चाहिए अच्छा जी सर जी मेरा व्याह ਮੇਰਾ ਨਿਕਾਹ ਹੋਇਆ ਉਹ ਸ਼ਖਸ ਜਿੰਨਾ ਵੀ ਕਿਸੇ ਵੀ ਕੁੜੀ ਨਾਲ ਨਿਕਾਹ ਕਰਦਾ ਉਹ ਕਦੀ ਨਹੀਂ ਦਾਜਾ ਹੋ ਰਿਹਾ ਪਹਿਲੇ ਕਿੰਨੇ ਵਿਆਹ ਦੱਸਦਾ ਨਹੀਂ ਹੈਗਾ ਨਹੀਂ ਨਹੀਂ ਤੁਸੀਂ ਪੁੱਛਿਆ ਸੀ ਹਾਂਜੀ ਕਿਹਦੀ ਕੁੜੀ ਨਹੀਂ ਪੁੱਛੇਗੀ ਦੱਸੋ ਉਹਨੇ ਕਿਹਾ ਮੇਰਾ ਪਹਿਲਾ ਵਿਆਹ ਵਾ ਜਿਹੜੇ ਵਿੱਚ ਨਿਆਰੇ ਜਵਾਨ ਵਿਆਹ ਵਿਆਹ ਕੁਛ ਉਹ ਅਲੱਗੀ ਹੋ ਗਈ ਆ ਗੱਲਬਾਤ ਨਹੀਂ ਕਰਦੀ ਮਜ਼ਲੂਮ ਬਣ ਜਾਂਦਾ ਨਾ ਸਾਰਿਆਂ ਨੂੰ ਇੱਕੋ ਹੀ ਚੀਜ਼ ਦਾਜਦਾ ਸਾਰੀਆਂ ਬੁੱਢੀਆਂ ਨੂੰ ਤੁਸੀਂ ਕਿਸ ਪੁਆਇੰਟ ਤੇ ਕਨਵਿੰਸ ਹੋਏ ਸੀ ਸਜਾਦਨਾ ਨਿਕਾਹ ਕਰਨ ਤੇ ਉਹ ਤੁਸੀਂ ਮਤਲਬ ਮੈਂ ਕੀ ਉਹਨੇ ਇੰਨੀ ਅਗਰ ਆਡੀਅנס ਨੂੰ ਪਿੱਛੇ ਲਾਇਆ ਵਾ ਗੱਲਾਂ ਨਾ ਲਾਇਆ ਵਾ ਮੈਂ ਤੇ ਕੁਛ ਕੱਖ ਵੀ ਨਹੀਂ ਆ ਦੇਖਿਆ ਜਾਏ ਲੱਖਾਂ ਲੋਕ ਇਸ ਸ਼ਖਸ ਨੂੰ ਫਰਿਸ਼ਤਾ ਸਮਝ ਕੇ ਬੈਠੇ ਆ ਕਹਿੰਦੇ ਕਿ 우ਸਤਾਦ ਜੀ ਤੇ ਸਾਰਾ ਕੁਝ ਹੀ ਨੇ ਸੋ ਅਗਰ ਇੰਨੇ ਲੋਕਾਂ ਨੂੰ ਇੱਕ ਸ਼ਖਸ ਘੁਮਾ ਸਕਦਾ ਮੈਂ ਅਜੇ ਤੱਕ ਕਿਉਂ ਥੋੜੇ ਸਜਾਦ ਨਾਲ ਟੈਲੀਫੋਨਿਕ ਰਾਬਤਾ ਸੀ ਹਾਂਜੀ ਕਿ ਮੁਲਾਕਾਤ ਵੀ ਹੋ ਚੁਕੀ ਹੈ ਮੇਰੀ ਮੁਲਾਕਾਤ ਹੋਈ ਸੀ 42 ਦਾ ਇੱਕ ਇਵੈਂਟ ਸੀ ਤੇ ਉੱਥੇ ਮੈਂ ਵੀ ਇਨਵਾਈਟਡ ਸੀ ਉੱਥੇ ਮੁਲਾਕਾਤ ਹੋਈ ਸੀ ਉਸ ਮੁਲਾਕਾਤ ਤੋਂ ਕਿੰਨਾ ਅਰਸਾ ਬਾਅਦ ਤੁਹਾਡੀ ਟੈਲੀਫੋਨਿਕ ਰਾਬਤੇ ਸ਼ੁਰੂ ਹੋ ਗਿਆ ਹਾਂਜੀ ਕੰਮ ਦੇ ਹਵਾਲੇ ਨਾਲ ਤੋਂ ਬਾਅਦ ਗੱਲਬਾਤ ਹੋਈ ਸੀ ਫੋਨ ਤੇ ਗੱਲ ਸ਼ਾਦੀ ਤੱਕ ਕਿਵੇਂ ਆਈ ਪ੍ਰਪੋਜ਼ ਤੁਸੀਂ ਕੀਤਾ ਉਹਨੇ ਕੀਤਾ ਨਹੀਂ ਉਹਨਾਂ ਨੇ ਕੀਤਾ ਸੀ ਠੀਕ ਹੈ ਇਹਦੇ ਦਰਮਿਆਨ ਤੁਹਾਡੇ ਰਵਾਬਤ ਸਿਰਫ ਟੈਲੀਫੋਨਿਕ ਹੀ ਹੋਏਗੇ ਸਾਹ ਹਾਂਜੀ ਨਹੀਂ ਮੈਂ ਐਕਚੁਅਲੀ ਕੰਮ ਕਰਨਾ ਚਾਹੁੰਦੀ ਸੀ ਨਾ ਪ੍ਰੋਗਰਾਮ ਤੇ ਉਹਨਾਂ ਨੇ ਫਿਰ ਕਿਹਾ ਜੀ ਚੈਨਲ ਬਣਾ ਤੇ ਉਹਨਾਂ ਨੇ ਮੈਨੂੰ ਜ਼ਰੂਰ ਹੈਲਪ ਕੀਤੀ ਡਿਜੀਟਲ ਚੈਨਲ ਹਾਂਜੀ ਉਚਨ ਉਹਨਾਂ ਨੇ ਬਣਵਾ ਕੇ ਦਿੱਤਾ ਸੀ ਤੁਸੀਂ ਉੱਥੇ ਕੰਮ ਕਰਦੇ ਸੋ ਉਸ ਤੋਂ ਬਾਅਦ ਗੱਲ ਸ਼ਾਦੀ ਤੱਕ ਆ ਗਈ ਅੱਛਾ ਜਦੋਂ ਤੁਹਾਡੀ ਸ਼ਾਦੀ ਤੱਕ ਗੱਲ ਆਈ ਤੁਸੀਂ ਪੁੱਛਿਆ ਕਿ ਤੁਸੀਂ ਵਿਆਹ ਵਰੇ ਹੋ ਕਿ ਨਹੀਂ ਮੈਂ ਪੁੱਛਿਆ ਜਵਾਬ ਕੀ ਸੀ ਉਹਨਾਂ ਨੇ ਕਿਹਾ ਮੇਰੀ ਪਹਿਲੀ ਸ਼ਾਦੀ ਹੋਈ ਆ ਤੇ علیحدਗੀ ਹੋ ਗਈ ਆ ਉਹ بیوی ਨਹੀਂ ਅੱਛੀ ਜਾਂ ਮੂੰਹ ਨਹੀਂ ਲਾਂਦੀ ਜਾਂ ਬਸ ਉਹਨੂੰ ਪੈਸਿਆਂ ਦੀ ਆ ਮੇਰਾ ਅਹਿਸਾਸ ਕਰਨ ਵਾਲਾ ਕੋਈ ਨਹੀਂ ਮੈਂ ਦੁਨੀਆ ਤੇ ਇਕੱਲਾ ਆ ਇਹ ਉਹ ਇਮੋਸ਼ਨਲੀ ਜਿਸ ਤਰ੍ਹਾਂ ਬਲੈਕ ਮੈਨ ਕਿੰਨਾ ਅਰਸਾ ਤੁਸੀਂ ਇਹ ਗੱਲਾਂ ਸੁਣਦੇ ਰਹੇ ਤੇ ਕਨਵਿੰਸ ਹੋ ਗਏ ਕਿ ਯਾਰ ਬੰਦਾ ਵਿਚਾਰਾ ਬੜਾ ਉੱਖਾ ਗਿਆ ਤੇ ਪਰੇਸ਼ਾਨੀ ਹੈ ਗਿਆ ਤੇਨੂੰ ਮੇਰੀ ਮਦਦ ਦੀ ਲੋੜ ਸਰ ਪਤਾ ਕੀ ਪਹਿਲੇ ਉਹਨਾਂ ਨੇ ਤਿੰਨ ਚਾਰ ਵਾਰੀ ਕਿਹਾ ਮੈਂ ਨਹੀਂ ਮੰਨੀ ਨਾ ਕਿਉਂਕਿ ਫੋਨ ਕੁੜੀਆਂ ਦੇ ਆਣੇ ਜਾਣੇ ਸੋ ਮੈਂ ਕਿਹਾ ਤੁਹਾਨੂੰ ਪਤਾ ਸੀ ਕਿ ਕੁੜੀਆਂ ਦੇ ਫੋਨ ਚਲ ਵਾਧੂ ਨੇ ਹਾਂਜੀ ਬਟ ਮੈਂ ਕਿਹ ਚੋ ਲਿਸਫੀਲਡ ਦੇ ਵਿੱਚ ਮੈਂ ਕਦੀ ਪੁੱਛਿਆ ਨਹੀਂ ਮੈਂ ਕਦੀ ਵੀ ਨਹੀਂ ਇੰਟਰਸਟ ਲਿਆ ਕਿ ਕੌਣ ਆ ਕੀ ਨਹੀਂ ਮੈਂ ਕਿਹਾ ਇਸ ਫੀਲਡ ਚ ਚਲੋ ਕੰਮ ਹੋਣਾ ਤੇ ਲੇਕਿਨ ਇਹ ਨਹੀਂ ਸੀ ਪਤਾ ਕਿ ਕੋਈ ਬੀਵੀ ਵੀ ਹੋਏਗੀ ਕਿਉਂਕਿ ਦੱਸਿਆ ਨਹੀਂ ਇੰਨੀ ਵਾਰੀ ਪੁੱਛਿਆ ਸੋ ਇਹਨਾਂ ਦੇ ਬਹਾਨੇ ਫੋਰਸ ਕੀਤਾ ਤੇ ਚਲੋ ਮੇਰੀ ਫੈਮਲੀ ਨੇ ਵੀ ਕਿਹਾ ਕਿ ਚਲੋ ਕਰਨਾ ਤੇ ਹੈਗਾ ਹੂੰ ਤੇ ਹੋ ਗਿਆ ਨਿਕਾਹ ਤੇ ਔਰ ਤੋਂ ਬਾਅਦ ਜੀ ਕੁਝ ਦਿਨਾਂ ਬਾਅਦ ਉਹਨਾਂ ਦੀ ਇੱਕ ਵਾਈਫ ਦਾ ਫੋਨ ਆ ਰਹੀ ਦਾਦਾ ਫੋਨ ਆ ਰਿਹਾ ਸੱਜਾ ਸਾਹਿਬ ਰਿਹਾ ਤੁਹਾਡੇ ਤੋਂ ਪਹਿਲੇ ਨਿਕਾਹ ਚ ਹੋ ਗਈ ਸੀ ਜੀ ਮੈਂ ਤੁਹਾਨੂੰ ਦੱਸਾਂ ਮੈਨੂੰ ਪਤਾ ਹੁਣ ਚੱਲ ਰਿਹਾ ਕਿ ਮੈਂ ਕਿਹੜੇ ਨੰਬਰ ਵਾਲੀ ਬੁੱਢੀ ਮੈਂ ਮੈਂ ਚੌਥੇ ਨੰਬਰ ਤੇ ਸੀ ਚਾਰ ਬੀਵੀਆਂ ਆਲਰੇਡੀ ਨਿਕਾਇਚ ਹੈ ਤਿੰਨ ਬੀਵੀਆਂ ਪਹਿਲੇ ਹੈਗੀਆਂ ਸਨ ਕਿ ਉਹਨਾਂ ਚੋਂ ਤਲਾਕ ਸਜਾਦ ਤੁਸੀਂ ਇਹ ਪਿਛਲੇ ਸਾਲ ਦੀ ਤਲਾਕ ਦਿੱਤੀ ਬੈਠੇ ਹੋ ਮੈਨੂੰ ਦੱਸਿਆ ਨਹੀਂ ਕਹਿੰਦੇ ਉਹ ਤੁਸੀਂ ਪੇਪਰ ਬਣਾਇਆ ਸੀ ਆ ਓਕੇ ਹੋਣ ਕਰਾਇਆ ਮੈਂ ਕਿਰ ਸਟੈਂਪਾ ਲਗੀਆਂ ਵਾ ਇੰਜ ਕਿੰਜ ਕੋਈ ਸਟੈਂਪ ਲਾ ਦੇ 2022 ਦੀ ਤਲਾਕ ਹੋਈ ਹੋਈ ਹੈ ਤੇ ਇਹ ਤਿੰਨ ਮਹੀਨੇ ਪਹਿਲੇ ਤੱਕ ਸਜਾਦ ਤੁਹਾਡੇ ਕੋਲ ਆ ਰਹੇ ਹੈ ਤੇ ਉਹਨਾਂ ਜਵਾਜ਼ ਦੇ ਰਹੇ ਕਿ ਮੈਂ ਠੀਕ ਹੈਗਾ ਹਾਂਜੀ ओ, लगा ओ लगा हर लगा। हाल द कोर्ट ऑफ लॉ अगर था करने तो तो मैं बने मैं बड़े तक मैं इन्साफ मंगिश की थानिया सात सात अठ आठ घंटे थान रोल रही है लोर लोर डी था ਠੀਕ ਆ ਮੈਨੂੰ ਕੀ ਕਿਹਾ ਜਾ ਰਿਹਾ ਸਰ ਬਹੁਤ ਭਾਰੀ ਸਿਫਾਰਿਸ਼ ਆ ਸਜਾਜ ਜਾਣੇ ਵਾਲੋ ਮੈਨੂੰ ਪਤਾ ਹੈ ਸਿਫਾਰਿਸ਼ ਕਿਹੜੀ ਹੈ ਮੈਂ ਨਾਮ ਵੀ ਲਾ ਸਕਦੇ ਮੈਨੂੰ ਮੈਨੂੰ ਉਹਨਾਂ ਤੋਂ ਉਮੀਦ ਨਹੀਂ ਸੀ ਜਿਨ੍ਹਾਂ ਨੇ ਸਿਫਾਰਿਸ਼ ਕੀਤੀ ਠੀਕ ਆ ਮੈਨੂੰ ਪਤਾ ਨਹੀਂ ਉਹਨਾਂ ਕੀਤੀ ਵੀ ਹੈ ਕਿ ਨਹੀਂ ਕੀਤੀ ਨਹੀਂ ਕੀਤੀ ਆ ਪੁਲਿਸ ਵਾਲੇ ਦੱਸ ਰਿਹਾ ਦੱਸੋ ਉਹਨਾਂ ਨੂੰ ਕੀ ਲੋੜ ਆ ਮੈਨੂੰ ਦੱਸ ਰਿਹਾ ਸਿਫਾਰਿਸ਼ ਆਈ ਆ ਇਸ ਬੰਦੇ ਨੇ ਵੀਡੀਓ ਦੇ ਵਿੱਚ ਦੱਸਿਆ ਵਾ ਕਹਿੰਦਾ ਮੋਸੇ ਨਕਵੀ ਸਾਹਿਬ ਨੇ ਬਿਨ ਉਸ ਕੇਸ ਤੋਂ ਕੱਢਿਆ ਕਿਉਂਕਿ ਮੈਂ ਸੱਚਾ ਸੀ ਇੱਕ ਸ਼ਖਸ ਆਪ ਨਾਮ ਲੈ ਕੇ ਦੱਸ ਰਿਹਾ ਤੁਸੀਂ ਕਿੰਜ ਕਹ ਦੱਸ ਮੈਨੂੰ ਮੋਸੇ ਨਕਵੀ ਸਾਹਿਬ ਤੇ ਨਾਮਾਨ ਸੀ 1.5 ਸਾਲ ਮੈਂ ਉਹਨਾਂ ਦੇ ਚੈਨਲ ਤੇ ਕੰਮ ਕੀਤਾ ਮੈਂ ਉਹਨਾਂ ਨੂੰ ਮੈਸੇਜ ਕੀਤੇ ਮੈਸੇਜ ਪਹੁੰਚਾਏ ਅਗਰ ਮੈਨੂੰ ਆਪਣੀ ਭੈਣ ਹੀ ਤੀ ਸਮਝਦੇ ਇੱਕ ਵਾਰੀ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਹਾਂ ਬਿਰਾ ਤੈਨੂੰ ਕੀ ਦੱਸ ਮੇਰੀ ਵੀ ਜੀ ਸੌਂਦੇ ਉਹਨਾਂ ਦਾ ਨਹੀਂ ਸੀ ਹੱਕ ਬੰਦਾ ਮੈਂ ਉਹਨਾਂ ਦੇ ਚੈਨਲ ਦੇ ਬੰਦਿਆਂ ਨੂੰ ਕਿਹਾ ਮੈਂ ਕਿਹਾ ਉਹਨਾਂ ਨੂੰ ਕੋਈ ਇੱਕ ਵਾਰੀ ਡੇਢ ਸਾਲ ਮੈਂ ਵੀ ਉਹਨਾਂ ਦੇ ਚੈਨਲ ਤੇ ਕੰਮ ਕੀਤਾ ਕਿ ਛੋਟੀ ਭੈਣ ਸਮਝ ਕੇ ਮੇਰੀ ਗੱਲ ਸੁਣ ਲੈਂਦੇ ਫਿਰ ਮੈਨੂੰ ਥਾਣੇ ਵਾਲਿਆਂ ਨੇ ਕਿਹਾ ਸਿਫਾਰਿਸ਼ ਲੈ ਕੇ ਮੈਂ ਕਿਹਾ ਰੱਬਾ ਸਿਫਾਰਿਸ਼ ਲੈ ਕੇ ਥਾਣਾ ਘੇਰੇ ਹਾਂਜੀ ਮੈਂ ਕਿਹਾ ਰੱਬਾ ਮੇਰਾ ਇਸ ਸਿਫਾਰਿਸ਼ ਹੀ ਰੱਬਾ ਇਹ ਕੌਣ ਹੈਗਾ ਸੀ ਥਾਣੇ 'ਚ ਨਾ ਯਾਦ ਇੱਕ ਸਿਰ ਹਾਂਜੀ ਤਫਤੀਸ਼ੀ ਸੀ ਮੀਨਾ फतीशिना मीना मीना नाम ना 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 हाँ हाँ के अगे चला गया थी, है। ते मीना सी एना ने वैसा त्योज हमदर्दी जताई ना मै क्या फीमेल आ शायद तकलीफ समाज मैं सारा कुछ दिखाया फोन चार चीज चेट वगेरा एवरी थोकेशन सारा कुछ ਅੱਛਾ ਤੇ ਬਾਅਦ ਚ ਨਾ ਅਬੀ ਦਾ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਮੇਰਾ ਫੋਨ ਨਹੀਂ ਚੱਕਿਆ ਸਰ ਵਿੱਚੋ ਵਿੱਚ ਕੰਮ ਕਰਦਾ ਠੀਕ ਆ ਉਹ ਜਾਂਦੇ ਆ ਨਾ ਕਿਸੇ ਵੱਡੇ ਅਫਸਰ ਕੋ ਕੀ ਉਹਨਾਂ ਨੂੰ ਕਹਿੰਦੇ ਜਿੰਨਾ ਕੋਈ ਹਾਜ਼ਰ ਹੁੰਦੇ ਆ ਦੋਨੀ ਪਾਰਟੀਆਂ ਮੈਨੂੰ ਲੈ ਕੇ ਨਹੀਂ ਗਏ ਅੱਛਾ ਜੀ ਉਹਨਾਂ ਨੂੰ ਜਾ ਕੇ ਕੀ ਕਹਿ ਰਿਹਾ ਉਹ ਨਹੀਂ ਆਈ ਭਈ ਮੈਨੂੰ ਥਾਣੇ 'ਚ ਬਿਠਾਇਆ ਮਿਸਾਲਤ ਲਈ ਜਦੋਂ ਤੁਹਾਨੂੰ ਬੁਲਾਇਆ ਤੇ ਤੁਸੀਂ ਕਹਿ ਰਹੇ ਹੋ ਤੁਹਾਨੂੰ ਲੈ ਕੇ ਹੀ ਨਹੀਂ ਗਈ ਪੁਲਿਸ ਮੈਨੂੰ ਮੀਨਾ ਨੇ ਆਪਣੇ ਥਾਣੇ 'ਚ ਬਿਠਾਇਆ ਕੈਬਨ ਚ ਸਜਾਦ ਦੇ ਨਾਲ ਆਪ ਚਲੀ ਗਈ ਆ ਤੇ ਕੀ ਕਹਿੰਦੇ ਆ ਸੀਪੀਓ ਸਾਹਿਬ ਕੀ ਹੁੰਦੇ ਆ ਜੋ ਆਪਕੇ ਐਸਪੀ ਕਰ ਰਹੇ ਹੋ ਤੇ ਨ ਮਿਸਾਲਤ ਦਾ ਕੰਮ ਕਰ ਰਹੇ ਹੋ ਤੇ ਠੀਕ ਹੈ ਅੱਛਾ ਮੈਨੂੰ ਉਹਨਾਂ ਨੂੰ ਜਾ ਕੇ ਕੀ ਕਿਹਾ ਜਾ ਰਿਹਾ ਵਾ ਉਹ ਤੇ ਭਈ ਆਈ ਨਹੀਂ ਮੈਂ 7 ਘੰਟੇ ਉਸ ਦਿਨ ਸਰ ਰਹੀ ਥਾਣੇ 'ਚ 7 ਘੰਟੇ ਆਪਣੇ ਇੰਨੇ ਕਨੇ ਆਣੇ 7 ਘੰਟੇ ਮੁੱਤੇ ਬੈਠੀ ਰਹੀ ਇਹ ਨੜੇ ਗੇਮ ਚ ਲਈ ਵਿੱਚ ਜੋ ਵਿੱਚ ਜ਼ਮਾਨਤ ਹੋ ਗਈ ਅਗਲਾ ਇੰਜੋਏ ਕਰ ਰਿਹਾ ਉਹ ਕੁਝ ਵੀ ਗਲਤ ਕਰਦਾ ਉਹ ਕੁਝ ਵੀ ਕਰੇਗਾ ਉਹਨੂੰ ਪਤਾ ਮੌਸੇ ਨਕਵੀ ਸਾਹਿਬ ਸਿਰ ਤੇ ਹੈਗੇ ਨੇ ਸੋ ਉਹਨੇ ਨਿਕਲ ਜਾਣਾ ਮੈਂ ਮੌਸੇ ਨਕਵੀ ਸਾਹਿਬ ਨੂੰ ਰਿਕਵੈਸਟ ਕਰਨਾ ਚਾਹੁੰਦੀ ਸਰ ਤੁਹਾਡਾ ਨਾਮ ਲੈ ਲੈ ਕੇ ਅਗਰ ਉਹ ਇੰਨੇ ਕ੍ਰਾਈਮ ਕਰੇਗਾ ਅਗਰ ਇੰਜ ਕਰੇਗਾ ਤੇ ਤੁਸੀਂ ਪਲੀਜ਼ ਇਸ ਚੀਜ਼ ਨੂੰ ਕਲੀਅਰ ਕਰੋ ਮੈਨੂੰ ਨਹੀਂ ਲੱਗਦਾ ਮੇਰਾ ਦਿਲ ਹੀ ਮੰਨਦਾ ਕਿ ਉਹ ਮੈਂ ਮੈਂ ਜ਼ਾਤੀ ਕਪੈਸਿਟੀ ਇਫ ਯੂ ਸਮਝਨਾ ਕਿ ਮੂਸੇ ਨਕਵੀ ਦਾ ਨਾਮ ਇਸਤੇਮਾਲ ਕੀਤਾ ਜਾ ਰਿਹਾ ਹੈ ਹੀ ਇਸ ਪਰਸਨ ਜੋ ਇਨੇ ਗੰਦੇ ਚ ਪੈਰ ਨਹੀਂ ਮਾਰ ਸਕਦਾ ਇਨਸਾਨ ਗਲਤੀਆਂ ਕਰਤੇ ਹਨ ਯਾਰ ਇਨਸਾਨ ਦਾ ਕੰਮ ਗਲਤੀ ਕਰਨਾ ਹੈ ਅੱਲਾਹ ਤਾਲਾ ਮਾਫ ਵੀ ਕਰਦਾ ਹੈ ਲੇਕਿਨ ਇਸ ਲੈਵਲ ਦੇ ਗੰਦੇ ਮੂਸੇ ਨਕਵੀ ਨਾ ਪੈਰ ਨਹੀਂ ਮਾਰ ਸਕਦਾ ਅੱਛਾ ਕੋਈ ਹੋਰ ਗੱਲ ਸੁ ਕਹਿਣਾ ਚਾਹੁੰਦੇ ਹੋ ਤੇ ਕਿਉਂਕਿ ਮੇਰੇ ਲਈ ਨਾ ਇਹ ਬੜੀ ਪ੍ਰੋਬਲਮ ਦੀ ਗੱਲ ਕੱਲ ਫਿਰ ਸਜਾਦ ਜਾਨੀ ਬੇਟੇ ਨੂੰ ਬੇਟਾ ਕਲੇਮ ਵੀ ਕਰੇਗਾ ਕੀ ਕਹਿੰਦਾ ਬੇਟੇ ਦੇ ਵਾਲੇ ਨਾ ਕੀ ਕਹਿੰਦਾ ਉਹ ਤਾਂ ਆਪਣੀ ਦੂਜੀਆਂ ਬੁੱਡੀਆਂ ਨੂੰ ਰਾਜ਼ੀ ਕਰਨ ਵਾਸਤੇ ਕਹੇਗਾ اچھا ਉਹ ਰੀਦਾ ਦੀ ਧੀ ਨੂ ਵੀ ਨਾ ਪੰਜਵੀਂ ਬੁੱਢੀ ਸਾਹਮਣੇ ਕਹਿੰਦਾ ਮੇਰੀ ਭੈਣ ਦੀ ਧੀ ਮੇਰੇ ਮੁੰਡੇ ਦੀ ਭੈਣ ਦੀ ਧੀ ਹਾਂਜੀ ਮੇਰੇ ਮੁੰਡੇ ਨੂੰ ਵੀ ਕਹੇਗਾ ਇਹ ਮੇਰਾ ਹੈਗਾ ਨਹੀਂ ਆਪਣੇ ਤਿੰਨ ਜਿਹੜੇ ਪਹਿਲੇ ਆ ਉਹਨਾਂ ਨੂੰ ਵੀ ਤੇ ਉਹ ਐਕਸੈਪਟ ਨਹੀਂ ਕਰਦਾ ਉਹ ਸ਼ਖਸ ਦਾ ਜ਼ਮੀਰ ਜਿਸ ਸ਼ਖਸ ਦਾ ਨਹੀਂ ਮੈਂ ਉਥੋਂ ਉਮੀਦ ਕੀ ਰੱਖਾਂ ਕਿ ਕੱਲ ਉਹ ਆਪਣੇ ਮੁੰਡੇ ਨੂੰ ਐਕਸੈਪਟ ਕਰੇਗਾ ਨਹੀਂ ਕਰੇਗਾ मुझे इस चीज का पता है अल्लाह के, के रजा के लिए इस बेचारी खातून की जो बिपता है वो आपके सामने रखी है लेकिन वही आ, ये दुनियावी तकाजे पूरे करने के लिए और अपनी जिम्मेदारी अदा करने के लिए सजात जानी साहब अगर चाहें कि उनके पास कुछ कहने के लिए है और उनका मौक़ बाकी है तो माई प्लेटफॉर्म इज़ देयर ऑलवेज़ देयर जिंदगी रहनी चाहिए ईमान रहना चाहिए भाई साहब आए जो बात आप कहना चाहते हैं आप कहें लेकिन एक हम्बल सब मिशन के जो इल्ज़ाम अबीरा लगा रही हैं या जो इल्ज़ाम ये रिदा नामी ख़ातून ने लगाएं अगर इनमें सदाकत है तो मेरे भाई सांस बाकी है तो असला की जा सकती है और ऑब्वियसली एक डिवोर्स होगी उसमें तो कुछ नहीं हो सकता लेकिन जो औलाद आपकी है आ, इसको तो आप संभाल सकते हैं ना इसको तो आप अपनी पनाह में रख सकते हैं ना अल्लाह के बाद इसके लिए तो एक बाप का किरदार अदा कर सकते हैं ना सर इतनी तकलीफ होती मेरा निक्का न्याणा विंडो चुगलो कैंज बोलता होएगा दस तो मिनट तीन साल का नहीं होया बाबा आएंगे बाबा गाड़ी में गए मुझे बाहर लेके जाएंगे हर दूजे दिन ਜ਼ਾਰੇ ਦੋਤੇ ਮੇਰਾ ਭਰਾ ਹੰਦਾ ਰਹੀ ਤੀਆ ਉਹ ਬਾਬਾ ਬਾਬਾ ਕਹਿੰਦੀ ਹੈ ਨਾ ਉਹਨੂੰ ਨਹੀਂ ਫੀਲ ਹੁੰਦਾ ਮੇਰੀ ਮੇਰੀ ਰੋ ਰੋਂਦੀ ਆ ਮੈਂ ਕਹਿੰਦੀ ਕਿ ਅੱਲਾ ਕੀ ਦੋ ਇਨਸਾਫ ਕਰੇਗਾ ਐਸੇ ਲੋਕ ਜਿਹੜੇ ਬੱਚਿਆਂ ਨੂੰ ਨਹੀਂ ਸੰਭਾਲ ਸਕਦੇ ਪਿਆਰ ਨਹੀਂ ਦੇ ਸਕਦੇ ਸਿਰ ਤੇ ਹੱਥ ਨਹੀਂ ਰੱਖ ਸਕਦੇ ਖੁਦਾਰਾ ਬੱਚੇ ਨਾ ਪੈਦਾ ਕਰੋ ਜੰਮਦੇ ਭਾਵੇਂ ਗਲਾ ਘੁੱਟ ਕੇ ਮਾਰ ਦੇਣ ਜਿਵੇਂ ਆਪ ਹੀ ਮਾਰ ਦੇਣ ਬੱਚਿਆਂ ਨੂੰ ਯਤੀਮੀ ਦੀ ਜ਼ਿੰਦਗੀ ਨਾ ਦੇਣ ਬਹੁਤ ਭੈੜੀ ਆ ਮੈਂ ਦੇਖੀ ਆ ਬਰਦਾਸ਼ਤ ਕੀਤੀ ਆ

आखिरी सांस तक अल्लाह भी मौका देता है हम कौन होते हैं हम इंसान हैं तो सजाद जानी साहब अगर आपको वाकई लगता है कि आप जालिम नहीं हैं तो आप प्लेटफॉर्म इस दें आप इस पर बात कर सकते हैं अगर आपको लगता है कि इसकी असलाह हो जानी चाहिए तो इसमें जितना वो कहते हैं ना कि क्रैक बाकी जरूर रहता है लेकिन जोड़ने की कोशिश की जाए तो बहुत सारी चीजें जुड़ भी जाती हैं कोई अफेंसिस नहीं कोई अल्जाम नहीं अबीरा की तकलीफ थी आपके सामने रख दी सजाद जो है बराबर हक रखते हैं अपनी बात करने का All say welcome to him Ijaz Changi Assalam Alaikum